ਇੱਕ ਇਹੋ ਜਿਹਾ ਝੋਨਾ ਜਿਹੜਾ ਆਪਦੇ ਵਿੱਚ ਹੋਰ ਕਿਸੇ ਝੋਨੇ ਨੂੰ ਹੋਣ ਨਹੀਂ ਦਿੰਦਾ, ਜਾਂ ਕਹੀਏ ਵੀ ਦੂਸਰੇ ਝੋਨਿਆਂ ਨੂੰ ਖਤਮ ਕਰ ਦਿੰਦਾ, ਇਹ ਕੱਖਾਂ ਨੂੰ ਵੀ ਆਪਦੇ ਵਿੱਚ ਹੋਣ ਨਹੀਂ ਦਿੰਦਾ, ਕੱਖਾਂ ਨੂੰ ਵੀ ਖਤਮ ਕਰ ਦਿੰਦਾ ਜਿੰਨੇ ਵੀ ਆਪਣੇ ਉਹਦੇ ਵਿੱਚ ਕੋਈ ਵੀੜ ਹਰਾ ਹੋਣਾ। ਤਾਂ ਅਕਸਰ ਹੀ ਕਿਸਾਨ ਵੀਰੋ ਤੁਸੀਂ ਇਹੋ ਜਿਹੀਆਂ ਵੀਡੀਓ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਦੇਖ ਰਹੇ ਹੋ, ਤਾਂ ਇਹਦੇ ਪਿੱਛੇ ਦੀ ਸੱਚਾਈ ਜਿਹੜੀ ਹੈ ਮੈਂ ਆਪਾਂ ਉਸ 'ਤੇ ਗੱਲ ਕਰਾਂਗੇ ਵੀ ਉਹ ਟੈਕਨੋਲੋਜੀ ਕੀ ਹੈ ਜਿਹੜੀ ਆਪਦੇ ਵਿੱਚ ਕਿਸੇ ਹੋਰ ਵਰਾਇਟੀ ਨੂੰ ਹਰਾ ਨਹੀਂ ਹੋਣ ਦਿੰਦੀ, ਜਾਂ ਕਹੀਏ ਹਰਾ ਹੋਣ ਤੋਂ ਬਾਅਦ ਮਾਰ ਦਿੱਤੀ ਜਾਂਦੀ ਹੈ। ਤਾਂ ਇੱਥੇ ਜਿਹੜੀ ਗੱਲ ਹੋ ਰਹੀ ਹੈ ਇਹ IARI ਨੇ ਜਿਹੜੀ ਇਹਦੀ ਰਿਸਰਚ ਕੀਤੀ ਹੈ, ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ। ਇਸ ਉੱਪਰ ਮੈਂ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ 27-28 ਤਰੀਕ ਨੂੰ ਇੱਕ ਵੀਡੀਓ ਅਪਲੋਡ ਕੀਤੀ ਸੀ ਫੇਸਬੁੱਕ 'ਤੇ ਕਰਨਾਲ ਤੋਂ, ਕਿਉਂਕਿ ਜਿੱਥੇ ਸਾਡੇ ਮਾਨਯੋਗ ਗਵਰਨਰ ਸਾਹਿਬ ਦੱਤਾ ਰਹੀਆ ਜੀ ਉਹ ਵੀ ਪਹੁੰਚੇ ਸੀ, ਇੱਕ ਵਾਰੀ ਤੁਸੀਂ ਵੀਡੀਓ ਦੇਖ ਲਓ। ਤਾਂ ਹਰਬੀ ਸਾਹਿਬ ਜਿਹੜਾ ਪ੍ਰੋਡਕਟ ਹੈ ਮਿਰਜ਼ਾ ਥੈਪਰ ਹੈ ਉਹ ਇਸ ਝੋਨੇ ਉੱਪਰ ਕਰੋਗੇ, ਇਹਦੇ ਵਿੱਚ ਇਹੋ ਜਿਹੀ ਤਕਨੀਕ ਇਹੋ ਜਿਹੀ ਟੈਕਨੋਲੋਜੀ ਪਾਈ ਗਈ ਹੈ, ਨਵੀਂ ਤਕਨੀਕ ਹੈ ਬਿਲਕੁਲ, ਬਹੁਤ ਹੈ ਝਾੜ ਬਹੁਤ ਹੈ, 22-23 ਕੁਇੰਟਲ ਝਾੜ ਦੇਣ ਦੇ ਵਿੱਚ ਇਹ ਵਰਾਇਟੀ ਸਕਸ਼ਮ ਹੈ। ਉਸ ਤੋਂ ਬਾਅਦ ਜਿਹੜਾ ਹੁਣ ਦੁਬਾਰਾ ਤੋਂ ਮੈਂ ਇਸ ਤੁਹਾਨੂੰ ਇਹਦੇ ਤੇ ਦੱਸ ਰਿਹਾ ਕਿ ਐਕਚੁਅਲੀ ਜਿਹੜਾ ਇਹ ਬਾਸਮਤੀ ਸੈਗਮੈਂਟ ਤਾਂ ਇਹਦੇ ਵਿੱਚ 1989 ਕਰਕੇ ਜਿਹੜਾ 1121 ਨੂੰ ਇੰਪਰੂਵ ਕੀਤਾ ਗਿਆ, ਉਹਦੀ ਨਵਾਂ ਵਰਜਨ ਹੈ 1979, ਔਰ 1509 ਨੂੰ ਇੰਪਰੂਵ ਕਰਕੇ ਇੱਕ 1985। 1979 1121 ਦਾ ਇੰਪਰੂਵਡ ਵਰਜਨ ਹੈ। ਮੈਂ ਤੁਹਾਨੂੰ ਦੋ ਵਰਾਇਟੀਆਂ ਇੱਥੇ ਇਕੱਠੀਆਂ ਦਿਖਾਊਂਗਾ ਜਿਹੜੀਆਂ ਕਿ ਪਿੰਡ ਵੀਰ ਕਲਾਂ ਚੀਮੇ ਦੇ ਲਾਗੇ ਇਹ ਵਰਾਇਟੀਆਂ ਲੱਗੀਆਂ ਹੋਈਆਂ ਨੇ। ਤਾਂ ਹੁਣ ਹੈ ਕੀ ਇਹਦੇ ਵਿੱਚ, ਇਹਨਾਂ ਨੂੰ ਹਰਬੀਸਾਈਡ ਟੋਲਰੈਂਸ ਕੀਤਾ HT ਸੁਪਰ ਸਟਾਰ, HT ਗੋਲਡ ਸਟਾਰ, HT ਦੋ ਨਾਵਾਂ 'ਤੇ ਤੁਹਾਨੂੰ ਇਹ ਮਿਲਣਗੀਆਂ। ਗੋਲਡ ਸਟਾਰ HT ਹੈ 1985 ਜਿਹੜਾ 1509 ਦਾ ਇੰਪਰੂਵਡ ਵਰਜਨ ਹੈ, ਅਤੇ 1979 ਹੈ ਜਿਹੜਾ ਇਹ 1121 ਦਾ ਇੰਪਰੂਵਡ ਵਰਜਨ ਹੈ ਸੁਪਰ ਸਟਾਰ। ਤਾਂ ਕਿਸਾਨ ਵੀਰੋ ਹੁਣ ਕੀਤਾ ਕੀ ਹੈ, ਇਹਨੂੰ ਹਰਬੀਸਾਈਡ ਟੋਲਰੈਂਸ ਕੀਤਾ, ਤਾਂ ਜਿਹੜੀ ਇਹ ਤੁਸੀਂ ਸਿੱਧੀ ਬਿਜਾਈ ਕਰੋ ਅਤੇ ਜਾਂ ਟਰਾਂਸਪਲਾਂਟਿੰਗ ਕਰੋ, ਦੋਨੋਂ ਤਰੀਕਿਆਂ ਨਾਲ ਕਰ ਸਕਦੇ ਹੋ, ਸਿੱਧੀ ਬਿਜਾਈ ਵੀ ਕਰ ਸਕਦੇ ਹੋ, ਟਰਾਂਸਪਲਾਂਟਿੰਗ ਵੀ ਕਰ ਸਕਦੇ ਹੋ। ਜਦੋਂ ਤੁਹਾਡਾ ਝੋਨਾ 25-30 ਦਿਨ ਦੀ ਸਟੇਜ 'ਚ ਜਾਂਦਾ, ਅਗਰ ਤੁਸੀਂ ਟਰਾਂਸਪਲਾਂਟ ਕਰ ਰਹੇ ਹੋ ਤਾਂ ਇਹਨੂੰ ਪਨੀਰੀ 'ਤੇ ਵੀ ਯੂਜ ਕਰ ਸਕਦੇ ਹੋ ਇਹ ਮੈਥਡ ਨੂੰ। ਇਹਦੇ ਉੱਪਰ ਜਿਹੜੀ ਅਮਿਜਾ ਥਾਈਪਰ ਹੈ ਉਹਦੇ ਪ੍ਰਤੀ ਇਹ ਟੋਲਰੈਂਸ ਹੈ। ਅਮਿਜਾ ਥਾਈਪਰ ਜਿਹੜਾ ਟੈਕਨੀਕਲ ਆਪਾਂ ਪਰਸ਼ੂਟ ਦੇ ਨਾਂ ਨਾਲ ਜਾਂ ਮੂੰਗੀ ਵਾਲੀ ਗੁਆਰੇ ਵਾਲੀ ਦੇ ਨਾਂ ਨਾਲ ਜਾਣਦੇ ਹਾਂ, ਤਾਂ ਮੂੰਗੀ ਗੁਆਰੇ ਵਾਲੀ ਜਾਂ ਪਰਸ਼ੂਟ ਜਾਂ ਅਮਿਜਾ ਥਾਈਪਰ ਇਸ ਝੋਨੇ ਦੇ ਉੱਪਰ ਹੋ ਜਾਇਆ ਕਰੂਗੀ। ਔਰ ਜਿੰਨੇ ਵੀ ਇਹਦੇ ਵਿੱਚ ਹੋਰ ਤਰ੍ਹਾਂ ਦੇ ਝੋਨੇ ਹਰੇ ਹੋਏ ਆ, ਕੋਈ ਕਈ ਵਾਰੀ ਮਿਕਸਿੰਗ ਆਪਾਂ ਤੋਂ ਹੋ ਜਾਂਦੀ ਹੈ, ਲੇਬਰ ਤੋਂ ਹੋ ਜਾਂਦੀ ਹੈ, ਜਾਂ ਜਿੱਥੇ ਆਪਾਂ ਲਗਾਤਾਰ ਫੱਕ ਲਾ ਰਹੇ ਹਾਂ ਉੱਥੇ ਕਈ ਵਾਰੀ ਪਿਛਲੇ ਝੋਨੇ ਦੇ ਦਾਣੇ ਪਏ ਹੁੰਦੇ ਆ, ਕੁਛ ਜਰਮੀਨੇਟ ਹੋ ਜਾਂਦੇ ਆ, ਜਾਂ ਆਪਾਂ DSR ਕਰ ਰਹੇ ਹਾਂ ਸਿੱਧੀ ਬਿਜਾਈ ਕਰ ਰਹੇ ਹਾਂ, ਪਿਛਲੇ ਸਾਲ ਦਾ ਕੁਛ ਝੜਿਆ ਪਿਆ ਝੋਨਾ ਜਾਂ ਡਿੱਗ ਕੇ ਕਈ ਵਾਰੀ ਕੋਈ ਝੋਨੇ ਦੇ ਦਾਣੇ ਆ ਜਿਹੜੇ ਉੱਥੇ ਰਹਿ ਜਾਂਦੇ ਆ, ਅਤੇ ਜਿਹੜੇ ਅਗਲੇ ਸਾਲ ਉਸ ਸੀਜ਼ਨ ਦੇ ਵਿੱਚ ਦੁਬਾਰਾ ਆ ਕੇ ਹਰੇ ਹੁੰਦੇ ਆ। ਤਾਂ ਹੁਣ ਇਸ ਵਰਾਇਟੀ ਦੇ ਵਿੱਚ ਕੀ ਰਹੂਗਾ ਵੀ ਜਦੋਂ ਮਿਰਜ਼ਾ ਥੈਪਰ ਇਹਦੇ ਉੱਪਰ ਕਰਤੀ ਤਾਂ ਤੁਹਾਡਾ ਜਿਹੜਾ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੱਖ ਵੀੜ ਜਾਂ ਕੋਈ ਵੀ ਝੋਨਾ ਹਰਾ ਹੋਇਆ ਉਹ ਝੋਨਾ ਉਹ ਮਿਰਜ਼ਾ ਥੈਪਰ ਉਹਨੂੰ ਖਤਮ ਕਰ ਦੂਗੀ, ਇਹ ਝੋਨਾ ਉਹਦੇ ਪ੍ਰਤੀ ਰਿਸਟੈਂਸ ਹੈ। ਤਾਂ ਉਹੀ ਵਰਾਇਟੀ ਤੁਹਾਡੇ ਕੋਲ ਬਚੂਗੀ ਜਿਹੜੀ ਤੁਸੀਂ ਲਾਈ ਹੈ। ਤਾਂ ਇਹ ਇਸ ਦਾ ਸੱਚ ਹੈ। IARI ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਜਿੱਥੋਂ ਮੈਂ ਪਿਛਲੀ ਵਾਰੀ ਕਰਨਾਲ ਤੋਂ ਵੀਡੀਓ ਪਾਈ ਸੀ ਉਸ ਪਲੌਟ 'ਤੇ ਬਕਾਇਦਾ ਮਾਨਯੋਗ ਗਵਰਨਰ ਹਰਿਆਣਾ ਦੇ ਦੱਤਾ ਰਹੀਆ ਜੀ ਉਹ ਵੀ ਪਹੁੰਚੇ ਸੀਗੇ, ਉਹਨਾਂ ਨੇ ਵਿਜਿਟ ਕੀਤਾ। ਤਾਂ ਇਹ ਵਰਾਇਟੀ IARI ਦੀ ਹੈ ਔਰ ਨੂਜੀ ਵਿਡੂ ਕੰਪਨੀ ਇਹਨੂੰ ਸੁਪਰ ਸਟਾਰ 1979 1121 ਦਾ ਇੰਪਰੂਵਡ, ਗੋਲਡ ਸਟਾਰ 1985 1509 ਦਾ ਇੰਪਰੂਵਡ ਵਰਜਨ ਉਹਦੇ ਵਿੱਚ ਵੇਚ ਰਹੀ ਹੈ। ਦੋਨਾਂ ਦੀ ਡਿਊਰੇਸ਼ਨ ਅਲੱਗ ਅਲੱਗ ਹੈ, ਦੋਨਾਂ ਦਾ ਲੌਂਗ ਗ੍ਰੇਨ ਟਾਈਪ ਅਲੱਗ ਅਲੱਗ ਹੈ,
ਦੋਨਾਂ ਦਾ ਗ੍ਰੇਨ ਵੇਟ ਜਿਹੜਾ 1000 ਗ੍ਰਾਮ ਦਾਣੇ ਦਾ ਆਉਂਦਾ ਉਹ ਅਲੱਗ ਅਲੱਗ ਹੈ, ਦੋਨਾਂ ਦਾ ਪ੍ਰਾਈਸ ਵੀ ਵਿਕਣ ਦਾ ਵੀ ਰੇਟ ਅਲੱਗ ਅਲੱਗ ਹੈ, ਉਹਦੇ 'ਤੇ ਵੀਡੀਓ ਆਪਾਂ ਫਿਰ ਕਰਾਂਗੇ, ਵੀਡੀਓ ਲੰਮੀ ਹੋ ਜੂਗੀ। ਤਾਂ ਇੱਥੇ ਸਿਰਫ ਇਹੀ ਮਕਸਦ ਸੀ ਵੀ ਜਿਹੜੀਆਂ ਇਹ ਵਰਾਇਟੀਆਂ ਨੇ ਆਉਣ ਵਾਲੇ ਟਾਈਮ 'ਚ ਤੁਹਾਨੂੰ ਮਿਲਣਗੀਆਂ, ਔਰ ਮਿਕਸਿੰਗ ਖਾਸ ਕਰ ਮਿਕਸਿੰਗ ਨੂੰ ਟੱਚ ਕੀਤਾ, ਮਿਕਸਿੰਗ 0% ਹੋ ਜੂਗੀ, ਔਰ ਇੱਥੇ ਇਹਨੂੰ ਇਕੱਲਾ DSR ਨਾ ਲੈ ਕੇ ਇਹਨੂੰ ਤੁਸੀਂ ਟ੍ਰਾਂਸਪਲਾਂਟਿੰਗ ਰਾਹੀਂ ਵੀ ਲਾ ਸਕਦੇ ਹੋ ਅਤੇ ਸਿੱਧੀ ਬਿਜਾਈ ਰਾਹੀਂ DSR ਮੈਥਡ ਰਾਹੀਂ ਵੀ ਲਾ ਸਕਦੇ।